ਬਾਰਡਰ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ BSF ਦੇ ਹੈੱਡਕੁਆਟਰ ਸਾਹਮਣੇ ਧਰਨਾ। ਬਾਰਡਰ ਕਿਸਾਨ ਯੂਨੀਅਨ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਯੂਨੀਅਨ ਵੱਲੋਂ BSF ਦੀ 14 ਬਟਾਲੀਅਨ ਖੇਮਕਰਨ ਦੇ ਹੈੱਡਕੁਆਟਰ ਸਾਹਮਣੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਹੈ, ਜਿਸ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਪਰ BSF ਦੇ ਜਵਾਨ ਉਨ੍ਹਾਂ ਦੀ ਲੇਬਰ ਨੂੰ 20 ਤੋਂ ਜ਼ਿਆਦਾ ਵਿਅਕਤੀਆਂ ਨੂੰ ਅੱਗੇ ਜਾਣ ਨਹੀਂ ਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਪਨੀਰੀ ਖਰਾਬ ਹੋ ਰਹੀ ਹੈ। ਕਲਸਿਆ ਜੀ 152 ਨੰਬਰ ਗੇਟ ਆ, ਉੱਥੇ ਸਾਡੀ ਇਹਨਾਂ ਜਾਣ ਬੁੱਝ ਕੇ ਪਨੀਰੀ ਸਿਖਾਈ ਆ ਜੀ। ਪਹਿਲੋਂ ਪਟਾਲੀ ਹੈ ਟਕਾਲੀ, ਲੇਬਰ ਉਦੋਂ ਮਤਲਬ ਮੰਤਰੀ ਸਾਹਿਬ ਤੋਂ ਸਾਰਿਆਂ ਤੋਂ ਇਹਨਾਂ ਤੋਂ ਇਜਾਜ਼ਤ ਲਈ ਸੀ ਵੀ 2 ਦਿਨ ਸਾਨੂੰ ਪਹਿਲਾਂ ਲੱਗ ਦੇ ਤਾਰਾਂ ਨੂੰ ਪਰਾਂ, ਇਹਨੇ ਇਜਾਜ਼ਤ ਦੇ ਦਿੱਤੀ ਵੀ ਜਿੰਨੀ ਮਰਜ਼ੀ ਪਨੀਰੀ ਪੁੱਟ ਲਓ। ਅਤੇ ਇਹਦੀ ਨੀਤੀ ਸੀ, ਮਤਲਬ ਨੀਤੀ ਨੇ ਜਿਹਨੇ ਇਹ ਕੰਮ ਕੀਤਾ, ਅਸੀਂ ਸਾਰੀ ਪਨੀਰੀ ਪੁੱਟ ਪੱਟ ਕੇ ਤਾਂ ਵਿਹਲੇ ਹੋ ਗਏ, ਅਤੇ ਗੇਟ ਅੱਗੇ ਗਏ ਅਤੇ ਇੰਨਾ ਹੈ ਨਹੀਂ ਟੱਪੇਗੀ, TYC ਦੀ ਭੌਂ ਕੇ ਮੀਟਿੰਗ ਗਈ, ਫਿਰ ਆਂਦਾ ਟਪਾ ਦਿਆਂਗੇ। ਕਿਸੇ ਨੇ ਕੋਈ ਹੋਣਾ ਨਾ 20 ਬੰਦੇ ਸਾਰੇ ਜਾਣਗੇ, ਅਤੇ 20 ਤੋਂ ਉੱਪਰ ਉੱਪਰ ਤਾਂ ਕਿਸਾਨ ਹੈਗੇ ਹਾਂ, 30-35 ਤਾਂ ਕਿਸਾਨ ਹੀ ਹੈਗੇ ਹਾਂ ਜੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਹਾਂਜੀ ਤੁਹਾਡਾ ਪਨੀਰੀ ਫੁੱਟਣ 'ਚ ਕਿੰਨਾ ਨੁਕਸਾਨ? ਸਾਡਾ ਜੀ 10-10 ਹਜ਼ਾਰ ਦਾ ਘਰ ਪਰਤੀ ਹੋ ਗਿਆ ਨਾ, ਅਤੇ ਇਹ ਕਲੇਮ ਪਾਵਾਂਗੇ ਹੁਣ। ਪਨੀਰ ਘਾਹ ਲੱਭਣੀ ਨਹੀਂ, ਲਾਉਣ ਲਈ ਪਨੀਰ ਦਾ ਪਨੀਰੀ ਸਕਾ ਹੀ ਬੈਠੇ ਸਾਰੇ, ਜਿੰਨੇ ਇਹਦੀ ਬਟਾਲੀ ਆਉਂਦੇ ਨੇ ਜੀ, ਜਿੰਨੇ ਇਹਦੀ ਬਟਾਲੀ ਆਉਂਦੇ ਨੇ ਸਾਰਿਆਂ ਦੀ ਮਤਲਬ ਨਾਲ ਡੁੱਕਰ ਕੇ ਪਟਾਈ ਆ ਵੀ ਲਾ ਲਓ ਤਗੜੇ ਹੋ ਗਏ, ਅਤੇ ਅਸੀਂ ਪੁੱਟ ਬੈਠੇ ਹਾਂ ਅਤੇ ਇਹਨੇ ਸਕਾ ਸਕੂ ਦਿੱਤੀ ਆ, ਨਹੀਂ ਲੰਘਣ ਦਿੱਤਾ ਜੀ। ਇਸ ਸੰਬੰਧੀ BSF ਦੇ ਅਧਿਕਾਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਭਰੋਸਾ ਦਿਵਾਇਆ ਹੈ ਕਿ ਅੱਗੇ ਤੋਂ ਉਹਨਾਂ ਨੂੰ ਕੋਈ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ। ਦੇਖਿਏ, ਹਮਾਰੀ ਜੋ ਬਾਤ ਕਰ ਰਹੇ ਹੈ, ਪਹਿਲੀ ਚੀਜ਼, ਹਮ ਦੇਸ਼ ਕੀ ਲਾ ਇਨਫੋਰਸਿੰਗ ਏਜੰਸੀ ਹੈ ਔਰ ਹਮਾਰੀ ਜ਼ਿੰਮੇਦਾਰੀ ਹੈ ਕਿ ਕਾਨੂੰਨ ਕੇ ਤਹਿਤ ਹਮ ਸਾਰਾ ਕਾਮ ਕਰਨ। ਹਮ ਕੋਈ ਵੀ ਐਸਾ ਕਾਮ ਨਹੀਂ ਕਰ ਸਕਤੇ ਜੋ ਕਾਨੂੰਨ ਕੇ ਵਿਰੁੱਧ ਹੋ। ਕਿਸਾਨੋਂ ਕੋ ਪੂਰਾ ਮਦਦ ਕਰ ਰਹੇ ਹੈ, ਹਮਾਰੇ ਜਵਾਨ ਜੋ ਟਾਈਮ ਐਕਸਟੈਂਡਿਡ ਪੀਰੀਅਡ ਮੇਂ ਵੀ ਉਨਕੋ ਮਦਦ ਕਰ ਰਹੇ ਹੈ, ਸੁਬਹਾ 8:30 ਵਜੇ ਗੇਟ ਖੋਲ ਦੇਤੇ ਹੈ ਔਰ ਸ਼ਾਮ ਕੋ 5 ਵਜੇ ਤੱਕ ਹਮ ਗੇਟ ਖੋਲ ਕੇ ਰੱਖਤੇ ਹੈ। ਉਨਕੀ ਜੋ ਐਗਰੀ ਜੋ ਕਿਸਾਨ ਮੀਟਿੰਗ ਮੈਂ ਵੋ ਬਾਤ ਹੋਈ ਥੀ ਕਿ ਸਰ ਹਮੇ ਥੋੜਾ ਸਾ ਟਾਈਮ ਫਾਲਤੂ ਦੇ ਦਿਓ, ਤੋ ਮੈਂ ਕਿਹਾ ਕਿਤਨਾ ਚਾਹੀਏ, ਕਿਉਂਕਿ ਜੀ ਆਪ ਹਮੇ 8:30 ਵਜੇ ਗੇਟ ਖੋਲ ਦੇ, 4:30 ਵਜੇ ਤੱਕ, ਮੈਂ ਕਿਹਾ ਨਹੀਂ ਹਮ 5 ਵਜੇ ਤੱਕ ਖੋਲ ਦੇਂਗੇ। ਔਰ ਦੂਸਰੀ ਜਬ ਕਿਸਾਨ ਮੀਟਿੰਗ ਮੈਂ ਉਨਸੇ ਬਾਤ ਕੀਤੀ ਤੋ ਉਨਸੇ ਬਾਤ ਹੁਆ ਕਿ ਜੀ ਹਮੇ ਯਹਾਂ ਪੇ ਨਫਰੀ ਥੋੜੀ ਸੀ ਜ਼ਿਆਦਾ ਦੇਣਾ। ਹਮਨੇ ਕਿਹਾ ਕਿ ਕਿਤਨੀ ਰਿਕੁਆਇਰਮੈਂਟ ਹੈ ਜੀ, ਹਮਾਰੇ 50-60 ਆਦਮੀ ਹੈ, ਤੋ ਮੈਂ ਕਿਹਾ ਠੀਕ ਹੈ, ਕੋਈ ਦਿੱਕਤ ਨਹੀਂ, ਆਪਕੀ ਜੋ ਰਿਕੁਆਇਰਮੈਂਟ ਹੈ ਉਸਕੇ ਹਿਸਾਬ ਸੇ ਹਮ ਆਪਕੋ ਲੇਬਰ ਔਰ ਕਿਸਾਨੋਂ ਕੋ ਜਾਣੇ ਦੇਂਗੇ, ਪਰ ਆਪਕੋ ਆਪਣੀ ਤਲਾਸ਼ੀ ਕਰਵਾਨੀ ਹੋਗੀ ਔਰ ਜੋ ਵਹਾਂ ਪੇ ਪ੍ਰੋਸੀਜਰ ਮੈਂ ਹੈ ਵੋ ਸਾਰੀ ਚੀਜ਼ੇ ਕਰਨੀ ਪੜੇਗੀ, ਤੋ ਉਸਕੇ ਹਿਸਾਬ ਸੇ ਉਨਕੀ ਪੂਰੀ ਮਦਦ ਕਰ ਰਹੇ ਹੈ। ਆਪਕੋ ਚਾਹੋ ਤੋ ਮੈਂ ਆਪਕੋ ਡਾਟਾ ਵੀ ਦਿਖਾ ਸਕਤਾ ਹੂੰ ਕਿ ਇਹ ਹੈ ਡੇਟ ਵਾਈਜ਼ ਕਿ ਹਮ ਕਿਤਨੀ ਮਦਦ ਕਰ ਰਹੇ ਹੈਂ, ਔਰ ਇਸੀ ਕਾ ਨਤੀਜਾ ਹੈ ਕਿ ਕਈ ਇੱਕ ਲੋਗੋਂ ਕੀ ਖੇਤੀ ਅਭੀ ਤੱਕ ਹੋ ਚੁੱਕੀ ਹੈ, ਫੈਂਸਿੰਗ ਕੇ ਆ ਗਏ, ਆਜ 22 ਤਾਰੀਖ ਹੈ, ਅਭੀ ਤੱਕ ਵੀ ਖੇਤੀ ਹੋ ਚੁੱਕੀ ਹੈ। ਪਰ ਦਿੱਕਤ ਕੀ ਬਾਤ ਇਹ ਹੈ ਕਿ ਉਨਮੇਂ ਸੇ ਵੀ ਕਈ ਲੋਕ ਆਪਣੀ ਸਮੱਸਿਆਏ ਰਹਤੇ ਹੈ, ਜਬਕਿ ਹਮਨੇ ਉਨਕੀ ਖੇਤੀ ਕਰਾ ਦੀ ਹੈ, ਅਬ ਉਸਮੇਂ ਕਿਆ ਕਹੇਂਗੇ। ਨਹੀਂ ਮੁਝੇ ਨਹੀਂ ਪਤਾ ਕਿਸਾਨ ਕਿਆ ਹੈ, ਮੇਰੇ ਸਾਥ ਜੋ ਬਾਤ ਹੋਈ ਥੀ ਕਿ ਹਮੇ 20 ਆਦਮੀ ਸੇ ਜ਼ਿਆਦਾ ਨਫਰੀ ਭੇਜੇ, ਆਪਕੋ ਮੈਂ ਰਿਟਰਨ ਮੇਂ ਦਿਖਾ ਸਕਤਾ ਹੂੰ, 70-70, 80-80, 100-100 ਆਦਮੀ ਭੇਜ ਰਹੇ ਹੈ, ਟਰੈਕਟਰ ਭੇਜ ਰਹੇ ਹੈ 10-10, 12-12, ਜਿਤਨੀ ਰਿਕੁਆਇਰਮੈਂਟ ਹੈ, ਤੋ ਮੁਝੇ ਨਹੀਂ ਪਤਾ। ਕਿਸਾਨ ਕਾ ਦੂਸਰਾ ਇਹ ਬਤਾਇਆ ਥਾ ਕਿ ਜੋ ਹਮੇ ਸਭੀ ਗੇਟ ਖੋਲਾ, ਹਮ ਸਭੀ ਗੇਟ ਖੋਲ ਰਹੇ ਹੈ, ਐਕਸਟੈਂਡਿਡ ਆਵਰਸ ਕੀ ਜੋ ਬਤਾਇਆ ਥਾ ਕਿ ਵਹਾਂ ਪੇ ਹਮ ਵੋ ਵੀ ਦੇ ਰਹੇ ਹੈ, ਅਬ ਹਮ ਤੋ ਸਾਰੀ ਸੁਵਿਧਾ ਦੇ ਰਹੇ ਹੈ, ਕਿਸਾਨੋਂ ਕੀ ਸਮੱਸਿਆ ਕਿਆ ਹੈ ਯੇ ਤੋ ਵੋ ਬਤਾ ਸਕਤੇ ਹੈ, ਜਹਾਂ ਤੱਕ ਮੇਰੀ ਜਾਣਕਾਰੀ ਹੈ ਕਿਸਾਨੋਂ ਕੀ ਕੋਈ